ਅਸੀਂ ਚਾਹੁੰਦੇ ਹਾਂ ਕਿ ਅਸੀਂ ਤਾਂ ਚਲੋ ਹੁਣ ਕਿੰਨੀ ਉਮਰ ਦੇ ਹੋ ਗਏ ਹਾਂ, ਗਾਂ ਦੇ ਬੱਚੇ ਜਿਹੜੇ ਉਹ ਇੱਕ ਦੂਸਰੇ ਨਾਲ ਪਿਆਰ ਕਰਨ। ਤੁਸੀਂ ਪ੍ਰਾਈਜ਼ ਵਾਈਜ਼ ਪੁੱਛੋ ਤੇ ਪ੍ਰਾਈਜ਼ ਵਾਈਜ਼ ਬਹੁਤ ਫਰਕ ਵਾ, ਜੇ ਤੁਸੀਂ ਪਿਆਰ ਵਜੋਂ ਪੁੱਛੋ ਤਾਂ ਸਾਨੂੰ ਕੋਈ ਫਰਕ ਨਹੀਂ ਲੱਗਦਾ। ਅਸੀਂ ਇੰਡੀਆ 'ਚ ਬੈਠੇ ਹਾਂ ਜਾਂ ਅਸੀਂ ਪਾਕਿਸਤਾਨ 'ਚ ਬੈਠੇ, ਸਾਨੂੰ ਭੈਣ ਭਰਾਵਾਂ ਦਾ ਇੰਨਾ ਪਿਆਰ ਮਿਲਦਾ ਪਿਆ। ਫਿਰ ਵੀ ਆਵਾਂਗੇ, ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲਿਆ ਵੀ ਬਹੁਤ ਚੰਗਾ ਕੀਤਾ ਤੁਹਾਡਾ, ਜਿਹੜਾ ਪ੍ਰਾਈਮ ਮਿਨਿਸਟਰ ਬਹੁਤ ਚੰਗਾ ਆ, ਬਹੁਤ ਸਾਡੀ ਸੇਵਾ ਕੀਤੀ ਆ ਉਹਨੇ, ਵੈਰੀ ਗੁੱਡ ਆ, ਨਾਈਸ ਆ, ਅਸੀਂ ਬਹੁਤ ਗੁੱਡ ਲੱਗ ਕੇ ਮਿਲੇ ਵੀ ਬਾਬੇ ਤੋਂ। ਹਨਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਖਰੀਦ ਰਹੇ ਤੁਸੀਂ? ਹਾਂਜੀ, ਕੀ ਖਰੀਦ ਰਹੇ? ਮੈਂ ਕਿਹਾ ਤੁਸੀਂ ਉਹ ਬਸ ਸ਼ੋਲ ਵੇਖਦੇ, ਗਿਫਟਸ ਦੇਖ ਰਹੇ ਹਾਂ। ਅੱਛਾ, ਗਿਫਟ ਦੇਖ ਰਹੇ ਹੋ? ਹਾਂਜੀ ਹਾਂਜੀ। ਕਿਹੜੀ ਜਗ੍ਹਾ ਤੁਸੀਂ ਆਏ ਹੋ? ਅਸੀਂ ਯੂਕੇ ਸੀ। ਅੱਛਾ, ਯੂਕੇ ਤੋਂ? ਹਾਂਜੀ, ਇੰਡੀਆ ਅੰਮ੍ਰਿਤਸਰ। ਅੱਛਾ ਅੱਛਾ, ਅੰਮ੍ਰਿਤਸਰ। ਹਾਂਜੀ, ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਹਾਂਜੀ, ਦੂਸਰੀ ਵਾਰੀ ਆਏ ਹਾਂ। ਹਾਂਜੀ ਹਾਂਜੀ, ਬਹੁਤ ਬਹੁਤ ਵਧੀਆ ਲੱਗਾ, ਬਹੁਤ ਪਿਆਰ ਕਰਦੇ ਸਾਰੇ। ਹਾਂਜੀ, ਕੋਈ ਪ੍ਰੋਬਲਮ ਨਹੀਂ ਹੈਗੀ ਕੋਈ, ਜਿਵੇਂ ਵੈਸੇ ਬਾਹਰੋਂ ਕਹਿੰਦੇ ਡਰ ਕੇ ਰਹਿਣਾ, ਇਕੱਠੇ ਰਹਿਣਾ, ਉੱਥੇ ਕੋਈ ਕੁਛ ਵੀ ਕਰ ਸਕਦੇ ਆ, ਪਰ ਇੱਦਾਂ ਕੋਈ ਫੀਲ ਨਹੀਂ ਹੁੰਦੀ। ਅਸੀਂ ਵੇਖ ਰਹੇ ਹਾਂ ਤੁਸੀਂ ਸ਼ਾਪਿੰਗ ਕਰ ਰਹੇ ਬਾਜ਼ਾਰਾਂ ਦੇ ਵਿੱਚ। ਹਾਂ ਹਾਂ, ਅਸੀਂ ਇਕੱਲੇ ਆਏ ਹਾਂ। ਹਾਂਜੀ ਹਾਂਜੀ, ਨਹੀਂ ਤਾਂ ਕਿਸੇ ਗਰੁੱਪ 'ਚ ਜਾਣਾ, ਇਕੱਲੇ ਨਹੀਂ ਜਾਣਾ ਕਿਤੇ, ਪਰ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਥੋੜ੍ਹੀ, ਹੈ ਨਾ। ਇਹਨਾਂ ਦਾ ਹਰ ਇੱਕ ਜਗ੍ਹਾ 'ਚ ਹੁੰਦਾ ਕਿ ਤੁਹਾਡਾ ਆਪਣਾ ਜਿਹੜੀ ਵੈਲਿਊਬਲ ਚੀਜ਼ਾਂ ਸਾਂਭ ਕੇ ਰੱਖੋ, ਤਾਂ ਕਿਤੇ ਵੀ ਚਲ ਜਾਓ ਤੁਹਾਨੂੰ ਰੱਖਣੀ ਪੈਂਦੀ ਹੈ ਨਾ। ਅਤੇ ਵੈਸੇ ਸਾਰੇ ਇੱਕ ਦੂਜੇ ਦਾ, ਬਸ ਅਸੀਂ ਚਾਹੁੰਦੇ ਹਾਂ ਕਿ ਅਸੀਂ ਤਾਂ ਚਲੋ ਹੁਣ ਕਿੰਨੀ ਉਮਰ ਦੇ ਹੋ ਗਏ ਹਾਂ, ਗਾਂ ਦੇ ਬੱਚੇ ਜਿਹੜੇ ਉਹ ਇੱਕ ਦੂਸਰੇ ਨਾਲ ਪਿਆਰ ਕਰਨ। ਹਾਂ, ਇਹ ਨਾ ਕਹਿਣ ਕਿ ਉਹ ਮੁਸਲਿਮ ਆ ਕਿ ਮੈਂ ਸਿੱਖ ਹਾਂ, ਆਪਣੇ ਹਰ ਘਰ ਆਪਣੇ ਧਰਮ ਨੂੰ ਮੰਨਣ, ਪਿਆਰ ਕਰਨ ਅਤੇ ਇੱਕ ਦੂਸਰੇ ਨਾਲ ਪਿਆਰ ਕਰਨ, ਆਪਾਂ ਇਹੀ ਕਹਿੰਦੇ ਹਾਂ ਨਾ। ਹਾਂ, ਖੁਸ਼ ਰਹਿਣ ਸਾਰੇ। ਕੀ ਖਰੀਦਿਆ ਤੁਸੀਂ ਆਪਣੇ ਬੱਚਿਆਂ ਵਾਸਤੇ? ਹਾਲੇ ਤਾਂ ਕੁਛ ਨਹੀਂ, ਕਿਉਂਕਿ ਥੋੜ੍ਹੇ ਚਾਰ ਪੰਜ ਦਿਨ ਬਾਹਰ ਹੀ ਰਹੇ ਹਾਂ। ਨਨਕਾਣਾ ਸਾਹਿਬ ਵਗੈਰਾ ਗੁਰਦੁਆਰੇ ਸਾਰੇ ਵੇਖੇ ਆ। ਅੱਜ ਪਹਿਲੇ ਦਿਨ ਉਹ ਕਹਿੰਦੀ ਥੋੜ੍ਹੀ ਸ਼ੋਪਿੰਗ ਕਰ ਲਓ, ਅਤੇ ਸਾਨੂੰ ਪਤਾ ਨਹੀਂ ਸੀ ਕਿ ਥੋੜ੍ਹੇ ਬਾਜ਼ਾਰ ਬੰਦ ਆ ਸਵੇਰੇ, ਥੋੜ੍ਹੇ ਨਗਰ ਕੀਰਤਨ 12 ਰੱਬੀ ਰਵਲ ਇਸ ਵਜ੍ਹਾ ਤੋਂ ਬਾਜ਼ਾਰ ਬੰਦ। ਇਸ ਕਰਕੇ ਪਹਿਲੀ ਦੁਕਾਨ 'ਤੇ ਲਿਆਏ ਹਾਂ, ਅਤੇ ਚਲੋ ਵੇਖੋ ਕੀ ਗਿਫਟ ਲੈਂਦੇ ਹਨ, ਪਰ ਵੈਸੇ ਹਾਂਜੀ ਬਹੁਤ ਇੰਜੋਏ ਕਰ ਰਹੇ, ਵੈਰੀ ਨਾਈਸ। ਮੇਰਾ ਨਾਮ ਸੱਤਿਆ ਹੈ ਜੀ। ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਇੰਗਲੈਂਡ ਤੋਂ ਆਏ। ਇੰਗਲੈਂਡ ਤੋਂ? ਹਾਂਜੀ। ਪਹਿਲੀ ਦਫਾ ਆਏ ਹੋ ਕਿ ਇਸ ਤੋਂ ਪਹਿਲੇ? ਨਹੀਂ, ਮੈਂ ਸੈਕਿੰਡ ਟਾਈਮ ਆਈ ਹਾਂ। ਅੱਛਾ, ਸੈਕਿੰਡ ਟਾਈਮ। ਹਾਂਜੀ, ਤੇ ਇੱਥੇ ਸ਼ਾਪਿੰਗ ਕਰ ਰਹੇ ਹੋ ਤੁਸੀਂ? ਹਾਂਜੀ, ਸ਼ਾਪਿੰਗ ਕਰ ਰਹੇ ਹਾਂ। ਹਾਂਜੀ, ਬਸ ਇਹ ਜਿਹੜਾ ਕਿ ਆਲਵੇਜ਼ ਲੇਡੀਜ਼ ਨੂੰ ਹੁੰਦਾ ਹੈ, ਮੈਂ ਸੂਟ ਲੈ ਲਾਂ, ਜੁਐਲਰੀ ਲੈ ਲਾਂ, ਅਤੇ ਉਹੀ ਕੁਛ ਕਰ ਰਹੇ ਹਾਂ। ਅਤੇ ਪਾਕਿਸਤਾਨ ਦਾ ਅਤੇ ਇੰਡੀਆ ਦਾ ਕੋਈ ਫਰਕ ਮਹਿਸੂਸ ਹੋਇਆ ਤੁਹਾਨੂੰ? ਇਹ ਵੈਲ, ਜੇ ਤੁਸੀਂ ਪ੍ਰਾਈਜ਼ ਵਾਈਜ਼ ਪੁੱਛੋ ਤਾਂ ਪ੍ਰਾਈਜ਼ ਵਾਈਜ਼ ਬਹੁਤ ਫਰਕ ਵਾ, ਜੇ ਤੁਸੀਂ ਪਿਆਰ ਵਜੋਂ ਪੁੱਛੋ ਤਾਂ ਸਾਨੂੰ ਕੋਈ ਫਰਕ ਨਹੀਂ ਲੱਗਦਾ। ਅਸੀਂ ਇੰਡੀਆ 'ਚ ਬੈਠੇ ਹਾਂ ਜਾਂ ਅਸੀਂ ਪਾਕਿਸਤਾਨ 'ਚ ਬੈਠੇ, ਸਾਨੂੰ ਭੈਣ ਭਰਾਵਾਂ ਦਾ ਇੰਨਾ ਪਿਆਰ ਮਿਲਦਾ ਪਿਆ, ਬਹੁਤ। ਅਤੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਇੱਥੇ ਫਿਲਮ ਬਣਾਈ ਜਾਂਦੀ ਆ? ਹਾਂਜੀ, ਅਸੀਂ ਪੁੱਛ ਰਹੇ ਹਾਂ ਕਿ ਕਿੱਦਾਂ ਦਾ ਲੱਗਿਆ ਤੁਹਾਨੂੰ ਪਾਕਿਸਤਾਨ ਆ ਕੇ? ਬਹੁਤ ਜ਼ਿਆਦਾ ਚੰਗਾ ਲੱਗਿਆ, ਸਾਡੀ ਬਹੁਤ ਹੈਲਪ ਕਰਦੇ, ਬਹੁਤ ਨਾਈਸ ਲੱਗਿਆ, ਬਹੁਤ ਜ਼ਿਆਦਾ ਅਸੀਂ ਲਾਈਕ ਕਰਦੇ ਹਾਂ। ਅੱਛਾ, ਤੁਸੀਂ ਕਿਹੜੀ ਜਗ੍ਹਾ ਤੋਂ ਆਏ? ਅਸੀਂ ਇੰਗਲੈਂਡ 'ਚੋਂ ਆਏ ਜੀ। ਹਾਂ, ਇੰਗਲੈਂਡ। ਕਿੰਨਵੀਂ ਦਫਾ ਤੁਸੀਂ ਆਏ? ਅਸੀਂ ਤਾਂ ਦੂਜੀ ਵਾਰ ਆਏ ਹਾਂ। ਹਾਂ, ਦੂਜੀ ਵਾਰ। ਹੁਣ ਬਾਜ਼ਾਰ 'ਚ ਫਿਰ ਵੀ ਆਵਾਂਗੇ, ਜਿਹੜਾ ਕਰਤਾਰਪੁਰ ਦਾ ਲਾਂਘਾ ਖੋਲਿਆ ਵੀ ਬਹੁਤ ਚੰਗਾ ਕੀਤਾ ਤੁਹਾਡਾ, ਜਿਹੜਾ ਪ੍ਰਾਈਮ ਮਿਨਿਸਟਰ ਬਹੁਤ ਚੰਗਾ ਆ, ਬਹੁਤ ਸਾਡੀ ਸੇਵਾ ਕੀਤੀ ਆ ਉਹਨੇ, ਵੈਰੀ ਗੁੱਡ ਆ, ਨਾਈਸ ਆ, ਅਸੀਂ ਬਹੁਤ ਗੁੱਡ ਲੱਗ ਕੇ ਮਿਲੇ ਵੀ ਬਾਬੇ ਤੋਂ। ਹਨਾ, ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਤੁਹਾਡਾ? ਕਿਰਪਾਲ ਕੌਰ। ਕਿਰਪਾਲ ਕੌਰ, ਕੀ ਖਰੀਦ ਰਹੇ ਤੁਸੀਂ? ਅਸੀਂ ਸ਼ੋਪਾਂ ਜਾ ਕੇ ਜੋ ਸਾਨੂੰ ਪਸੰਦ ਆਉਂਦਾ ਅਸੀਂ ਦੇਖੀ ਜਾਂਦੇ ਹਾਂ। ਅੱਛਾ, ਪਾਕਿਸਤਾਨ ਤੁਸੀਂ ਆਏ ਹੋ, ਕਿੱਦਾਂ ਦਾ ਲੱਗਿਆ ਤੁਹਾਨੂੰ? ਵੈਸੇ ਦੂਜੀ ਵਾਰ ਸਾਨੂੰ ਬਹੁਤ ਸੋਹਣਾ, ਪਹਿਲਾਂ ਵੀ ਲੱਗਾ ਸੀ, ਹੁਣ ਵੀ ਬਹੁਤ ਸੋਹਣਾ ਲੱਗਾ। ਕਿਹੜੀ ਕਿਹੜੀ ਸ਼ਾਪਿੰਗ ਜ਼ਿਆਦਾ ਤੁਸੀਂ ਕਰਨੀ ਹੈ ਇੱਥੋਂ? ਜਿਹੜੀ ਇੱਥੋਂ ਦੀ ਮਸ਼ਹੂਰ ਚੀਜ਼ ਤੁਸੀਂ ਕੀ ਖਰੀਦੋਗੇ? ਦੋ ਘੋੜੇ ਬੋਸਕੀ। ਦੋ ਘੋੜਾ ਬੋਸਕੀ? ਉਹ ਲਈ ਆ। ਸਹੀ ਸਹੀ ਸਹੀ, ਬਹੁਤ ਸੋਹਣਾ ਲੱਗਦਾ ਸਾਨੂੰ, ਬਹੁਤ ਸੋਹਣਾ ਲੱਗਦਾ, ਪਾਣ ਤਾਂ ਜਦੋਂ ਵੀ ਅਸੀਂ ਆਉਂਦੇ ਸਾਨੂੰ ਬਹੁਤ ਸੋਹਣਾ ਲੱਗਦਾ ਇੱਥੇ। ਸ਼ੁਕਰੀਆ ਜੀ। ਅਤੇ ਬਾਕੀ ਬਾਬਾ ਜੀ ਦੇ ਸਾਰੇ, ਤੁਹਾਡੇ ਵੀ ਜੋ ਪ੍ਰੋਗਰਾਮ ਚੱਲ ਰਿਹਾ ਸਾਰਿਆਂ ਨੂੰ, ਇਹਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਹਾਂਜੀ, ਸਹੀ, ਬਹੁਤ ਨਾਈਸ ਲੱਗਾ ਜੀ, ਅੱਜ ਵੀ ਪ੍ਰੋਗਰਾਮ ਦੇਖ ਕੇ ਬਹੁਤ ਨਾਈਸ ਲੱਗਾ। ਜੀ ਜੀ। ਹਾਂਜੀ, ਤੁਸੀਂ ਵੈਸੇ ਕਿਹੜੇ ਇਲਾਕੇ ਤੋਂ ਆਏ? ਅਸੀਂ ਵੈਸੇ ਅਸੀਂ ਪੰਜਾਬ ਦੇ ਚੜ੍ਹਦੇ ਦੇ ਜੀ ਜੀ, ਵੈਸੇ ਅਸੀਂ ਲੰਡਨ ਤੋਂ ਆਏ ਹਾਂ। ਅੱਛਾ ਅੱਛਾ, ਲੰਡਨ ਤੋਂ ਆਏ? ਲੰਡਨ ਤੋਂ ਆਏ। ਹਾਂਜੀ, ਸਹੀ ਹੈ। ਤੇ ਬੱਚੇ ਵੀ ਨਾਲ ਆਏ ਨੇ ਕਿ ਇਕੱਲੇ ਤੁਸੀਂ ਆਏ? ਨਹੀਂ, ਬੱਚੇ ਤਾਂ ਆਪਣੀ ਮਰਜ਼ੀ ਨਾਲ ਹੋਣਗੇ, ਜਦੋਂ ਆਉਣਾ ਹੋਊਗਾ ਅਸੀਂ ਆ ਜਾਂਦੇ, ਅਸੀਂ ਆ ਜਾਂਦੇ ਜਦੋਂ ਕਰਦਾ ਬਾਬਾ ਜੀ, ਜਦੋਂ ਬਾਬਾ ਜੀ ਲੈ ਕੇ ਆਉਂਦੇ ਆ ਜੀ ਦਾ। ਹਾਂਜੀ, ਬਹੁਤ ਮਿਹਰਬਾਨੀ ਮਾਤਾ ਜੀ। ਓਕੇ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।